ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਗੁਰਭੈ ਭਲਾਈ ਇਹਨਾਂ ਚੈਨਲ 'ਤੇ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਸੋ ਅੱਜ ਆਪਾਂ ਹਾਜ਼ਰ ਹੋਏ ਹਾਂ ਤੁਹਾਡੇ ਗੁਰਮਤਿ ਕਾਵਿ ਦਾ ਟੋਪਿਕ ਗੁਰੂ ਅਰਜਨ ਦੇਵ ਜੀ ਦੇ ਨਾਲ। ਗੁਰੂ ਅਰਜਨ ਦੇਵ ਜੀ ਦੀ ਜੀਵਨੀ ਦੇ ਬਾਰੇ 'ਚ ਗੱਲ ਕਰਾਂਗੇ ਔਰ ਉਹਨਾਂ ਦੀਆਂ ਪ੍ਰਮੁੱਖ ਬਾਣੀਆਂ ਦੇ ਬਾਰੇ 'ਚ ਗੱਲ ਕਰਾਂਗੇ, ਜੋ ਜੋ ਉਹਨਾਂ ਨੇ ਕਾਰਜ ਕੀਤੇ ਨੇ ਉਹਨਾਂ ਦੇ ਬਾਰੇ 'ਚ ਆਪਾਂ ਗੱਲ ਕਰਾਂਗੇ ਔਰ ਕਿੰਨੇ ਸ਼ਬਦ ਉਹਨਾਂ ਦੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਰਚੇ ਗਏ ਹਨ ਉਹਨਾਂ ਦੇ ਬਾਰੇ 'ਚ ਗੱਲ ਕਰਾਂਗੇ। ਸੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਨ ਲੱਗੇ ਹਾਂ ਉਹਨਾਂ ਦੇ ਜਨਮ ਦੇ ਬਾਰੇ 'ਚ। ਗੁਰੂ ਅਰਜਨ ਦੇਵ ਜੀ ਦਾ ਜਨਮ 15 ਅਪ੍ਰੈਲ 1563 ਈਸਵੀ ਨੂੰ ਹੋਇਆ ਸੀ। ਕਿੱਥੇ ਹੋਇਆ ਸੀ? ਗੋਇੰਦਵਾਲ ਸਾਹਿਬ। ਤਾਂ ਇੱਥੇ ਉਹਨਾਂ ਦਾ ਜਨਮ ਹੋਇਆ ਸੀ। ਉਹਨਾਂ ਦਾ ਵਿਆਹ ਸ਼੍ਰੀ ਕ੍ਰਿਸ਼ਨ ਚੰਦ ਦੀ ਸਪੁੱਤਰੀ ਮਾਤਾ ਗੰਗਾ ਜੀ ਦੇ ਨਾਲ ਹੋਇਆ। ਵਿਆਹ ਕਿਹਦੇ ਨਾਲ ਹੋਇਆ? ਵਿਆਹ ਮਾਤਾ ਗੰਗਾ ਜੀ ਦੇ ਨਾਲ ਉਹਨਾਂ ਦਾ ਵਿਆਹ ਹੋਇਆ। ਉਸ ਤੋਂ ਬਾਅਦ ਉਹਨਾਂ ਦੇ ਸੰਤਾਨ ਦੇ ਬਾਰੇ 'ਚ ਆਪਾਂ ਗੱਲ ਕਰੀਏ ਤਾਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਉਹਨਾਂ ਦੇ ਪੁੱਤਰ ਸਨ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਉਹਨਾਂ ਦੇ ਪੁੱਤਰ ਸਨ ਔਰ ਉਹਨਾਂ ਨੂੰ ਗੁਰਿਆਈ ਮਿਲੀ ਜਾਂ ਗੱਦੀ ਕਦੋਂ ਮਿਲੀ? ਉਹ 1581 ਈਸਵੀ ਦੇ ਵਿੱਚ ਮਿਲੀ ਸੀ। ਸੋ ਮੈਂ ਰਾਈਟ ਕਰ ਰਿਹਾ, ਸਾਰੇ ਬੱਚੇ ਕਿਰਪਾ ਕਰਕੇ ਇਸਨੂੰ ਜ਼ਰੂਰ ਆਪਣੇ ਨੋਟਬੁੱਕ ਦੇ ਉੱਪਰ ਨੋਟ ਕਰਿਆ ਕਰੋ, ਕਿਉਂਕਿ ਬਹੁਤ ਮਹੱਤਵਪੂਰਨ ਜਾਣਕਾਰੀ ਹੈ ਤੁਹਾਡੇ ਸਿਲੇਬਸ ਦੇ ਅਕੋਰਡਿੰਗ। ਤਾਂ ਆਪਾਂ ਗੱਲ ਕਰ ਰਹੇ ਸੀ ਉਹਨਾਂ ਦੇ ਸਪੁੱਤਰ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸੀ। ਗੱਦੀ ਕਦੋਂ ਮਿਲੀ ਸੀ? ਗੱਦੀ ਉਹਨਾਂ ਨੂੰ ਮਿਲੀ ਸੀ 1581 ਈਸਵੀ ਦੇ ਵਿੱਚ ਮਿਲੀ ਸੀ ਗੋਇੰਦਵਾਲ ਵਿਖੇ 1581 ਈਸਵੀ ਦੇ ਵਿੱਚ ਉਹਨਾਂ ਨੂੰ ਗੱਦੀ ਮਿਲੀ ਸੀ। ਜਿਹੜੇ ਉਹਨਾਂ ਨੇ ਅਸਥਾਨ ਰਚੇ, ਕਿਹੜੇ ਕਿਹੜੇ ਸਥਾਨ ਰਚੇ ਸੀ? ਅੰਮ੍ਰਿਤਸਰ ਸਰੋਵਰ, ਸੰਤੋਖਸਰ ਤਰਨ ਤਾਰਨ ਸਰੋਵਰ ਤਰਨ ਤਾਰਨ
ਸਰੋਵਰ, ਕਰਤਾਰਪੁਰ, ਕਰਤਾਰਪੁਰ ਛੇਹਰਟਾ ਸਾਹਿਬ, ਬੋਲੀ ਸਾਹਿਬ। ਸੋ ਸਾਰਿਆਂ ਨੇ ਨੋਟ ਕਰ ਲਏ ਹਨ, ਤਾਂ ਆਪਾਂ ਅੱਗੇ ਲਿਖਦੇ ਹਾਂ। ਬੋਲੀ ਸਾਹਿਬ, ਲਾਹੌਰ, ਅੰਮ੍ਰਿਤਸਰ ਗੁਰੂ ਕਾ ਬਾਗ, ਅੰਮ੍ਰਿਤਸਰ ਗੁਰੂ ਕਾ ਬਾਗ, ਇਹ ਉਹਨਾਂ ਨੇ ਅਸਥਾਨ ਰਚੇ ਸੀ। ਇਸ ਤੋਂ ਇਲਾਵਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲਿਖਾਈ ਦਾ ਆਰੰਭ ਕਿੱਥੇ ਕੀਤਾ ਸੀ, ਸੰਪਾਦਨਾ ਕਦੋਂ ਹੋਈ, ਇਸ ਦੇ ਬਾਰੇ 'ਚ ਆਪਾਂ ਗੱਲ ਕਰਦੇ ਹਾਂ। ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲਿਖਾਈ ਸ਼੍ਰੀ ਰਾਮਸਰ ਦੇ ਕੰਡੇ ਤੋਂ ਆਰੰਭ ਕੀਤੀ ਗਈ ਸੀ। ਸ਼੍ਰੀ ਰਾਮ ਸਰ ਦੇ ਕੰਡੇ ਤੋਂ ਆਰੰਭ ਹੋਈ ਸੀ। ਆਦਿ ਗ੍ਰੰਥ ਦੀ ਜਿਹੜੀ ਸੰਪਾਦਨਾ ਹੈ ਉਹ 1604 ਈਸਵੀ ਵਿੱਚ ਸੰਪੂਰਨ ਹੋਈ। ਸੰਪਾਦਨਾ 1604 ਈਸਵੀ ਵਿੱਚ ਪੂਰੀ ਹੋਈ ਸੀ, ਸੰਪੂਰਨ ਹੋਈ ਸੀ। ਆਦਿ ਗ੍ਰੰਥ ਦੀ ਲਿਖਤ ਦਾ ਕੰਮ ਭਾਈ ਗੁਰਦਾਸ ਜੀ ਨੂੰ ਸੌਂਪਿਆ ਗਿਆ ਸੀ। ਲਿਖਤ ਦਾ ਕੰਮ ਕਿਹਨੂੰ ਸੌਂਪਿਆ ਗਿਆ ਸੀ,